ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੁਦ ਪੜ੍ਹਨਾ ਵਿਚਾਰਨਾ ਕੀ ਆ ਜੋ ਸਾਡਿਆਂ ਪਰਿਵਾਰਾਂ ਦੇ ਵਿੱਚ ਹੈ? ਨਹੀਂ। ਅੱਜ ਕੀ ਰੂਲ ਚੱਲਦੇ ਨੇ ਸਾਡੇ? ਅੱਜ ਅਸੀਂ ਆਪਣੀਆਂ ਵਿਚਾਰਧਾਰਾਵਾਂ ਵੱਖਰੀਆਂ ਬਣਾ ਲਈਆਂ ਵੀ ਗੁਰਦੁਆਰਾ ਸਾਹਿਬ ਆ ਕੇ ਨੋਟ ਕਰਾ ਜੀਦਾ, ਭਾਈ ਸਾਹਿਬ ਜੀ ਅਖੰਡ ਪਾਠ ਸਾਹਿਬ ਕਰਾਉਣਾ, ਅਤੇ ਜਦੋਂ ਭਾਈ ਸਾਹਿਬ ਜੀ ਰੱਖਦੇ ਨੇ ਅਖੰਡ ਪਾਠ ਸਾਹਿਬ, ਉਦੋਂ ਪੰਜ ਪੌੜੀਆਂ ਸੁਣ ਲਈਆਂ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਫਿਰ ਤੀਜੇ ਦਿਨ ਆਉਣਾ, ਚਲੇ ਜਾਣਾ, ਫਿਰ ਤੀਜੇ ਦਿਨ ਆਉਣਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਜਦੋਂ ਇਹ ਪੜਿਆ ਜਾ ਰਿਹਾ ਉਦੋਂ ਮੁੜ ਆਉਣਾ। ਅਰਦਾਸ ਸਾਡੇ ਨਾਮ ਦੀ ਹੋ ਜਾਏਗੀ ਵੀ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਕਿ ਅਖੰਡ ਪਾਠ ਸਾਹਿਬ ਆ ਫਲਾਣਿਆਂ ਨੇ ਕਰਾਏ ਸੀ, ਇਹ ਬੜੇ ਗੁਰਮੁਖ ਪਿਆਰੇ ਨੇ, ਇਹਨਾਂ ਨੂੰ ਆਹ ਵੀ ਮਿਲ ਜਾਵੇ ਆਹ ਵੀ ਮਿਲ ਜਾਵੇ, ਅਰਦਾਸਾਂ ਫਿਰ ਹੋ ਜਾਂਦੀਆਂ। ਹੁਣ ਬੰਦੇ ਨੇ ਸੋਚਿਆ ਵੀ 5500 ਦੇ ਦਿਓ ਗੁਰਮੁਖ ਪਿਆਰੇ ਤਾਂ ਅਸੀਂ ਬਣ ਗਏ, ਤਾਂ ਸਾਨੂੰ ਆਪ ਬਾਣੀ ਪੜ੍ਹਨ ਦੀ ਕੀ ਲੋੜ ਹੈ? ਮਾਫ ਕਰਿਓ, ਮੇਰੇ ਵਰਗਾ ਬੰਦਾ ਸਰਟੀਫਿਕੇਟਾਂ ਦੀ ਦੁਕਾਨ ਖੋਲ੍ਹ ਕੇ ਬੈਠਾ, ਤੁਹਾਨੂੰ ਵੰਡੀ ਜਾਂਦਾ, ਅਤੇ ਇੱਕ ਬੇਨਤੀ ਕਰਨੀ ਚਾਹਾਂਗਾ, ਸਾਨੂੰ ਕੋਈ ਗੁਰਮੁਖ ਪਿਆਰੇ ਦਾ ਸਰਟੀਫਿਕੇਟ ਦੇ ਦੇਵੇ ਨਾ। ਮਾਫ ਕਰਿਓ, ਆਫਰ ਨਾ ਜਾਇਆ ਕਰੀਏ, ਆਫਰ ਨਾ ਜਾਇਆ ਕਰੀਏ। ਅੱਜ ਸਾਡੇ ਬਹੁਤੇ ਲੋਕ ਇੱਦਾਂ ਹੀ ਆਫਰ ਗਏ, ਮੇਰੇ ਵਰਗੇ ਬੰਦੇ ਨੇ, ਕਿਉਂਕਿ ਮੇਰੀ ਜੇਬ 'ਚ ਤਾਂ ਮਾਇਆ ਪੈ ਗਈ, ਮੈਂ ਤਾਂ ਤੁਹਾਨੂੰ ਸਰਟੀਫਿਕੇਟ ਦੇ ਹੀ ਦੇਣਾ ਵੀ ਤੁਸੀਂ ਗੁਰਮੁਖ ਪਿਆਰੇ ਹੋ, ਪਰ ਆਪਣੇ ਅੰਦਰ ਪੜਚੋਲ ਕਰਕੇ ਵੇਖੀਏ ਕਿ ਵਾਕਿਆ ਗੁਰਮੁਖ ਹਾਂ, ਕਿਉਂਕਿ ਗੁਰਮੁਖ ਕਿਸੇ ਦੇ ਕਿਆ ਨਹੀਂ ਬਣਨਾ। ਮੈਂ ਤੁਹਾਨੂੰ ਸਰਟੀਫਿਕੇਟ ਦੇ ਦਿਆਂ, ਤੁਸੀਂ ਗੁਰਮੁਖ ਹੋ, ਤੁਸੀਂ ਮੈਨੂੰ ਸਰਟੀਫਿਕੇਟ ਦੇ ਦਿਓ। ਹੁਣ ਜਦੋਂ ਕਈ ਵਾਰੀ ਬੋਲਿਆ ਜਾਂਦਾ ਨਾ ਸਟੇਜ ਦੇ ਉੱਤੇ, ਕੌਮ ਦੇ ਮਹਾਨ ਪ੍ਰਚਾਰਕ, ਜਦੋਂ ਅਨਾਊਂਸਮੈਂਟ ਕੀਤੀ ਜਾਂਦੀ ਬੁਲਾਉਣ ਵੇਲੇ, ਕੌਮ ਦੇ ਮਹਾਨ ਪ੍ਰਚਾਰਕ, ਮਹਾਨ ਵਿਦਵਾਨ, ਮਾਫ ਕਰਿਓ, ਥੱਲੇ ਬੈਠੇ ਸਾਨੂੰ ਸ਼ਰਮ ਆ ਰਹੀ ਹੁੰਦੀ ਹੈ, ਥੱਲੇ ਬੈਠੇ ਸਾਨੂੰ ਸ਼ਰਮ ਆ ਰਹੀ ਹੁੰਦੀ ਹੈ ਵੀ ਅਸੀਂ ਤਾਂ ਹੈ ਹੀ ਨਹੀਂ ਮਹਾਨ ਪ੍ਰਚਾਰਕ, ਅਸੀਂ ਤਾਂ ਮਹਾਨ ਵਿਦਵਾਨ ਹੈ ਹੀ ਨਹੀਂ। ਪਰ ਕੀ ਕਰੀਏ, ਉਸ ਸਮੇਂ ਹੁਣ ਸਟੇਜ ਸੈਕਟਰੀ ਦਾ ਮੂੰਹ ਅਸੀਂ ਬੰਦ ਤਾਂ ਕਰ ਨਹੀਂ ਸਕਦੇ, ਅਗਲਿਆਂ ਨੇ ਜੋ ਕਹਿਣਾ ਸੋ ਕਹਿਣਾ ਹੀ ਕਹਿਣਾ, ਪਰ ਮੈਂ ਤੁਹਾਡੇ ਸਾਹਮਣੇ, ਇਹ ਰਿਕਾਰਡਿੰਗ ਹੋ ਰਹੀ, ਇਹ ਯੂਟਿਊਬ ਉੱਤੇ ਪੈਣੀ ਹੈ, ਮੈਂ ਇਸ ਕਥਾ ਦੇ ਰਾਹੀਂ ਬੇਨਤੀ ਕਰਨੀ ਚਾਹਾਂਗਾ ਵੀ ਨਾ ਕਿਆ ਕਰੋ ਸਾਨੂੰ ਮਹਾਨ ਪ੍ਰਚਾਰਕ, ਨਾ ਕਿਆ ਕਰੋ ਸਾਨੂੰ ਮਹਾਨ ਵਿਦਵਾਨ, ਤੁਹਾਡੇ ਵਰਗੇ ਹੀ ਆ। ਬਸ ਇਹ ਕਹਿ ਦਿਆ ਕਰੋ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਿੰਦਗੀ 'ਚ ਕਮਾ ਕੇ ਅਸੀਂ ਵੀ ਕਿਤੇ ਚੰਗੇ ਸਿੱਖ ਬਣ ਸਕੀਏ, ਬਸ ਮੇਨ ਗੱਲ ਤਾਂ ਆਹ ਸੀ। ਪਰ ਇਹ ਮੇਰੇ ਕਿਆਂ ਤੁਸੀਂ ਗੁਰਮੁਖ ਪਿਆਰੇ ਨਹੀਂ ਬਣ ਜਾਣਾ ਅਤੇ ਤੁਹਾਡੇ ਕਿਆਂ ਮੈਂ ਗੁਰਮੁਖ ਨਹੀਂ ਬਣ ਜਾਣਾ, ਇਹ ਇੱਕ ਦੂਜੇ ਨੂੰ ਸਰਟੀਫਿਕੇਟ ਵੰਡਣੇ ਛੱਡ ਦਈਏ ਅਤੇ ਕਰੀਏ ਉਹ ਕੰਮ ਜਿਹਦੇ ਨਾਲ ਵਾਕਈ ਅਸੀਂ ਗੁਰਮੁਖ ਬਣ ਸਕਦੇ ਹਾਂ। ਅਤੇ ਗੁਰਮੁਖ ਕਿਵੇਂ ਬਣਿਆ ਜਾਣਾ? ਜਦੋਂ ਗੁਰੂ ਦੀ ਵਿਚਾਰਧਾਰਾ ਨੂੰ ਪੜ੍ਹ ਕੇ, ਵਿਚਾਰ ਕੇ ਆਪਣੀ ਜ਼ਿੰਦਗੀ ਦੇ ਅੰਦਰ ਕਮਾ ਲਵਾਂਗੇ ਨਾ, ਫਿਰ ਕਿਸੇ ਹੋਰ ਦੇ ਕੋਲੋਂ ਗੁਰਮੁਖ ਪਿਆਰੇ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਗੁਰੂ ਦਊਗਾ ਗੁਰਮੁਖ ਪਿਆਰੇ ਦਾ ਸਰਟੀਫਿਕੇਟ, ਉਹਦੇ ਨੂੰ ਗੁਰੂ ਦਊਗਾ। ਅਤੇ ਜਿਸ ਬੰਦੇ ਨੂੰ ਗੁਰੂ ਨੇ ਗੁਰਮੁਖ ਪਿਆਰੇ ਦਾ ਸਰਟੀਫਿਕੇਟ ਦੇ ਦਿੱਤਾ ਨਾ, ਮਾਫ ਕਰਿਓ, ਕਦੀ ਵੀ ਢੰਡੋਰਾ ਨਹੀਂ ਜੇ ਪਿੱਟਦਾ ਕਿ ਮੈਂ ਗੁਰਮੁਖ ਹਾਂ, ਉਹ ਕਦੀ ਵੀ ਢੰਡੋਰਾ ਨਹੀਂ ਪਿੱਟੇਗਾ, ਕਿਉਂਕਿ ਉਹਨੂੰ ਅੰਦਰੋਂ ਪਤਾ ਲੱਗ ਜਾਏਗਾ ਵੀ ਹਾਂ ਮੇਰੀ ਅਵਸਥਾ ਉੱਚੀ ਹੋ ਗਈ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਉਹਦੀ ਅਵਸਥਾ ਤਾਂ ਇਹ ਹੋ ਜਾਏਗੀ ਵੀ ਉਹ ਰੱਬ ਦੇ ਵਿੱਚ ਇੱਕਮਿਕ ਹੋ ਜਾਏਗਾ, ਉਹਨੂੰ ਇਸ ਗੱਲ ਦਾ ਮਾਣ ਜ਼ਰੂਰ ਹੋਏਗਾ ਵੀ ਹਾਂ ਮੇਰੇ 'ਤੇ ਕਿਰਪਾ ਹੋਈ ਹੈ ਅਤੇ ਮਾਲਕ ਨੇ ਕੀਤੀ ਹੈ ਮੇਰੇ ਉੱਤੇ ਕਿਰਪਾ, ਇਸ ਗੱਲ ਦਾ ਮਾਣ ਜ਼ਰੂਰ ਹੋਏਗਾ। ਪਰ ਉਹ ਲੋਕਾਂ ਨੂੰ ਦੱਸਦਾ ਨਹੀਂ ਫਿਰੇਗਾ ਵੀ ਮੈਂ ਗੁਰਮੁਖ ਹੋ ਗਿਆ, ਮੈਂ ਬੜਾ ਮਹਾਨ ਸਿੱਖ ਹੋ ਗਿਆ, ਮੈਂ ਬੜਾ ਵੱਡਾ ਸਿੱਖ ਹੋ ਗਿਆ। ਜਦੋਂ ਤੱਕ ਆਹ ਚੀਜ਼ਾਂ ਗਣਾਉਣ ਵਾਲੇ ਪਾਸੇ ਨੂੰ ਸਾਡਾ ਸਮਾਜ ਤੁਰਿਆ ਪਿਆ ਨਾ, ਮਾਫ ਕਰਿਓ, ਉਦੋਂ ਸਿੱਖੀ ਕਿਤੇ ਲਾਗੇ ਛਾਗੇ ਵੀ ਨਹੀਂ ਜੇ ਆਉਣੀ, ਉਦੋਂ ਲਾਗੇ ਛਾਗੇ ਵੀ ਨਹੀਂ ਆਉਣੀ। ਹੁਣੇ ਆਪਾਂ ਵਾਕ ਪੜਿਆ, ਹੋ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ। ਤੁਸੀਂ ਮੈਨੂੰ ਇੱਕ ਵੀ ਸਿੱਖ ਦਾ ਜ਼ਿਕਰ ਮੈਨੂੰ ਦੱਸ ਦਿਓ ਸਿੱਖ ਇਤਿਹਾਸ ਦੇ ਵਿੱਚੋਂ, ਜਿਹੜੇ ਕਿਸੇ ਸਿੱਖ ਨੇ ਆਪਣੇ ਆਪ ਨੂੰ ਕਿਤੇ ਵਡਿਆਇਆ ਹੋਵੇ।
ਕਿਤੇ ਨਹੀਂ ਤੁਹਾਨੂੰ ਪੂਰੇ ਸਿੱਖ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲੇਗਾ। ਪਤਾ ਕਿਉਂ? ਕਿਉਂਕਿ ਵਾਕਈ ਸਿੱਖੀ ਸਮਝ ਆ ਗਈ ਸੀ ਉਹਨਾਂ ਨੂੰ। ਸਿੱਖੀ ਸਿੱਖਿਆ ਗੁਰ ਵਿਚਾਰ, ਉਹ ਗੁਰੂ ਦੀ ਵਿਚਾਰਧਾਰਾ ਸਮਝ ਆ ਗਈ, ਮਨ ਕਰਕੇ ਸਿੱਖ ਬਣੇ ਸੀਗੇ। ਸੋ ਬਾਬਾ ਦੀਪ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਸ਼ਸਤਰ ਵਿੱਦਿਆ ਵੀ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਉਹਨਾਂ ਨੇ ਲਿਖੀਆਂ ਨੇ। ਜਿੱਥੇ ਆਪ ਸ਼ਸਤਰ ਵਿੱਦਿਆ ਉਹਨਾਂ ਨੂੰ ਆਉਂਦੀ, ਉੱਥੇ ਅੱਗੇ ਟ੍ਰੇਨਿੰਗ ਵੀ ਦਿੰਦੇ ਨੇ। ਜਿੱਥੇ ਆਪ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੈ, ਉੱਥੇ ਉਸ ਗਿਆਨ ਨੂੰ ਉਹ ਸੰਗਤਾਂ ਦੇ ਵਿੱਚ ਵੰਡਦੇ ਵੀ ਪਏ ਨੇ। ਇਹ ਸਾਡਾ ਸਾਰਿਆਂ ਦਾ ਕੰਮ ਸੀਗਾ। ਅੱਜ ਤਾਂ ਪ੍ਰਚਾਰਕ ਸ਼੍ਰੇਣੀ ਇੱਕ ਵੱਖਰੀ ਬਣਾ ਦਿੱਤੀ ਗਈ ਨਾ, ਵੀ ਇਹ ਪ੍ਰਚਾਰਕ ਹੈ, ਇਹ ਆਊਗਾ, ਇਹ ਕਥਾ ਕਰੂਗਾ, ਇਹ ਬੋਲੂਗਾ, ਇਹ ਸੰਗਤ ਨੂੰ ਕੁਝ ਦੱਸ ਕੇ ਜਾਊਗਾ। ਅੱਜ ਤਾਂ ਇੱਦਾਂ ਕੰਮ ਹੋ ਗਿਆ ਨਾ। ਪਰ ਕੀ ਗੁਰੂ ਸਾਹਿਬ ਨੇ ਇੱਦਾਂ ਦੀ ਵੱਖਰੀ ਪ੍ਰਚਾਰਕ ਸ਼੍ਰੇਣੀ ਚਲਾਈ ਸੀ ਕੋਈ? ਮਾਫ ਕਰਿਓ, ਇਹ ਗੱਲਾਂ ਬਹੁਤੇ ਪ੍ਰਚਾਰਕ ਕਰਦੇ ਨਹੀਂ। ਕੋਈ ਦਾਲ ਫੁਲਕੇ ਦਾ ਟੈਨਸ਼ਨ ਪੈ ਜਾਂਦੀ ਨਾ, ਵੀ ਸਾਰੇ ਬਾਣੀ ਪੜ੍ਹਨ ਲੱਗ ਪਏ ਤਾਂ ਯਾਰ ਸਾਡੀ ਦੁਕਾਨਦਾਰੀ ਕਿਵੇਂ ਚੱਲੂਗੀ। ਪਰ ਅਸੀਂ ਇਹ ਗੱਲਾਂ ਇਸ ਕਰਕੇ ਕਰਦੇ ਹਾਂ ਕਿਉਂਕਿ ਕਿਸੇ ਕੋਲੋਂ ਮੂੰਹ ਮੰਗ ਕੇ ਅੱਜ ਤੱਕ ਕਦੀ ਮਾਇਆ ਲਈ ਨਹੀਂ। ਕੋਈ ਦਵੇ ਨਾ ਦਵੇ ਇੱਕ ਵੱਖਰਾ ਸਬਜੈਕਟ ਹੈ, ਦੇਣ ਵਾਲਾ ਮਾਲਕ ਹੈ, ਉਹ ਸਾਡਾ ਪਰਿਵਾਰ ਚਲਾ ਰਿਹਾ। ਪਰ ਗੁਰਮਤ ਦੀ ਗੱਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗਾ ਕਿ ਗੁਰੂ ਸਾਹਿਬ ਨੇ ਕੋਈ ਵੱਖਰੀ ਪ੍ਰਚਾਰਕ ਸ਼੍ਰੇਣੀ ਚਲਾਈ ਸੀ। ਹਾਂ, ਪ੍ਰਚਾਰਕ ਥਾਪੇ ਜ਼ਰੂਰ ਸੀ। ਆਪਾਂ ਗੁਰੂ ਅਮਰਦਾਸ ਜੀ ਦੇ ਵੇਲੇ ਦੀ ਆਪਾਂ ਗੱਲ ਕਰਦੇ ਨਾ, 52 ਪੀੜੇ ਅਤੇ 22 ਮੰਜੀਆਂ ਵਾਲੀ, ਉਹ ਪ੍ਰਚਾਰ ਸੈਂਟਰ ਸੀਗੇ। ਗੁਰੂ ਸਾਹਿਬ ਨੇ ਇਹ ਕੰਮ ਜ਼ਰੂਰ ਕੀਤਾ, ਪਰ ਕਿਤੇ ਵੀ ਇਹ ਗੱਲ ਨਹੀਂ ਆਖੀ ਸੀ ਵੀ ਇਹੀ ਬੰਦੇ ਪ੍ਰਚਾਰ ਕਰ ਸਕਦੇ ਨੇ, ਕੋਈ ਹੋਰ ਪ੍ਰਚਾਰ ਨਹੀਂ ਕਰ ਸਕਦਾ। ਇਹ ਗੱਲ ਕਿਤੇ ਵੀ ਨਹੀਂ ਹੈ। ਸੰਗਤ ਦੇ ਵਿੱਚੋਂ ਕੋਈ ਵੀ ਹੈ ਤੁਹਾਡੇ ਵਿੱਚੋਂ, ਭਾਵੇਂ ਸਾਡਾ ਕੋਈ ਵੀਰ ਹੈ, ਭਾਵੇਂ ਸਾਡੀਆਂ ਕੋਈ ਭੈਣਾਂ ਨੇ, ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਅਤੇ ਜੋ ਆਪ ਨੂੰ ਸਮਝ ਆਇਆ, ਜ਼ਰੂਰੀ ਨਹੀਂ ਹੈ ਕਿ ਸਟੇਜ ਉੱਤੇ ਬਹਿ ਕੇ ਕਿਸੇ ਨਾਲ ਸ਼ੇਅਰ ਕਰਨਾ। ਜਿੱਥੇ ਸਾਡੀਆਂ ਚਾਰ ਭੈਣਾਂ ਬਹਿ ਕੇ ਆਪਸ 'ਚ ਗੱਲਾਂ ਬਾਤਾਂ ਕਰਦੀਆਂ ਨੇ ਨਾ, ਅਤੇ ਕਈ ਵਾਰੀ ਉਹ ਗੱਲਾਂ ਬਾਤਾਂ ਚੁਗਲੀਆਂ ਵਾਲੇ ਪਾਸੇ ਨੂੰ ਵੀ ਤੁਰ ਪੈਂਦੀਆਂ, ਜਾਂ ਆਪਣੇ ਵੀਰਾਂ ਦੀ ਵੀ ਮੈਂ ਗੱਲ ਕਰਾਂ, ਉੱਥੇ ਗੁਰਮਤ ਦੀਆਂ ਵਿਚਾਰਾਂ ਵੀ ਤਾਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ? ਉੱਥੇ ਗੁਰਮਤ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ। ਜਿੱਥੇ ਚਾਰ ਭੈਣਾਂ ਬਹਿਣ, ਜਿੱਥੇ ਚਾਰ ਵੀਰ ਬਹਿਣ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਹੋਵੇ। ਆਪਣੇ ਬੱਚਿਆਂ ਦੇ ਲਾਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰੀਏ, ਸਿੱਖ ਇਤਿਹਾਸ ਦੀ ਗੱਲ ਕਰੀਏ। ਅੱਜ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਨਾ, ਉਹ ਸਾਹਿਬਜ਼ਾਦਿਆਂ ਵਰਗੇ ਹੋਣ। ਮੰਗਦੇ ਤਾਂ ਆਪਾਂ ਇਹੀ ਹੈ ਨਾ ਸਾਰੇ, ਵੀ ਜਿੱਦਾਂ ਦੇ ਲਾਇਕ ਸਾਹਿਬਜ਼ਾਦੇ ਸੀ ਨਾ, ਕਿਤੇ ਸਾਡੇ ਬੱਚੇ ਵੀ ਉਨੇ ਲਾਇਕ ਹੋਣ ਤਾਂ ਕਿੰਨੀ ਚੰਗੀ ਗੱਲ ਹੈ। ਚਾਹੀਦੇ ਸਾਰਿਆਂ ਨੂੰ ਸਾਹਿਬਜ਼ਾਦਿਆਂ ਵਰਗੇ ਬੱਚੇ ਨੇ, ਪਰ ਮਾਫ ਕਰਿਓ, ਮਾਤਾ ਗੁਜਰ ਕੌਰ ਜੀ ਵਰਗਾ ਬਣਨ ਵਾਸਤੇ ਕੋਈ ਤਿਆਰ ਨਹੀਂ ਹੈਗਾ। ਮਾਤਾ ਗੁਜਰ ਕੌਰ ਜੀ ਵਰਗਾ ਬਣਨ ਵਾਸਤੇ ਕੋਈ ਤਿਆਰ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਬਣਨ ਵਾਸਤੇ ਕੋਈ ਤਿਆਰ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਅਸੀਂ ਉਹਨਾਂ ਦੀ ਰੀਸ ਕਰ ਸਕਦੇ ਹਾਂ ਪੂਰਨ ਤੌਰ ਦੇ ਉੱਤੇ, ਸਾਡੇ ਕੋਲੋਂ ਨਹੀਂ ਹੋਣੀ ਉਹਨਾਂ ਦੀ ਰੀਸ, ਅਤੇ ਨਾ ਹੀ ਅਸੀਂ ਕਰ ਸਕਦੇ ਹਾਂ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੁਝ ਗੁਣ ਤਾਂ ਲੈ ਸਕਦੇ ਹਾਂ ਨਾ। ਵੀ ਮਾਤਾ ਗੁਜਰ ਕੌਰ ਜੀ ਨੇ ਜਿਹੜੇ ਗੁਣ ਆਪਣੀ ਜ਼ਿੰਦਗੀ 'ਚ ਵਸਾਏ ਸੀ, ਅੱਜ ਦੀ ਦਾਦੀ ਨੂੰ ਚਾਹੀਦਾ ਹੈ, ਅੱਜ ਦੇ ਦਾਦਾ ਜੀ ਨੂੰ ਚਾਹੀਦਾ ਕਿਤੇ ਉਹਨਾਂ ਵਾਲੇ ਗੁਣ ਕਿਤੇ ਆਪਣੀ ਜ਼ਿੰਦਗੀ ਦੇ ਅੰਦਰ ਵੀ ਲੈ ਕੇ ਆਉਣ, ਕਿਤੇ ਬੱਚਿਆਂ ਨੂੰ ਗੁਰਮਤ ਵਾਲੇ ਪਾਸੇ ਨੂੰ ਲਾਇਆ ਜਾ ਸਕੇ। ਸੋ ਇਹ ਸਾਡੇ ਸਾਰੇ ਦੇ ਸਾਰੇ ਦਿਹਾੜੇ ਮਨਾਏ ਸਫਲੇ ਹੀ ਤਾਂ ਨੇ ਜੇਕਰ ਅਸੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਈਏ। ਅਤੇ ਸਮਰਪਿਤ ਹੋਣ ਦਾ ਮਤਲਬ ਫਿਰ ਅਖੀਰ ਦੇ ਵਿੱਚ ਬੇਨਤੀ ਕਰਦੇ ਹਾਂ, ਕੇਵਲ ਸਰੀਰ ਕਰਕੇ ਨਹੀਂ, ਮਨ ਕਰਕੇ। ਮਨ ਕਰਕੇ ਗੁਰੂ ਵਾਲੇ ਪਾਸੇ ਨੂੰ ਜਦੋਂ ਅਸੀਂ ਤੁਰਾਂਗੇ, ਸਾਡੇ ਇਹ ਦਿਹਾੜੇ ਮਨਾਏ ਸਫਲੇ ਨੇ। ਫਿਰ ਕਿਸੇ ਵੀ ਸਿੱਖ ਦਾ ਦਿਹਾੜਾ ਮਨਾਉਂਦੇ ਹਾਂ, ਜ਼ਰੂਰ ਇਹ ਕੋਸ਼ਿਸ਼ ਕਰੀਏ ਕਿ ਉਹ ਸਿੱਖ ਦੇ ਜੀਵਨ ਤੋਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੁਝ ਸਿੱਖਣ ਦਾ ਯਤਨ ਕਰੀਏ। ਜਦੋਂ ਅਸੀਂ ਇਸ ਢੰਗ ਦੇ ਨਾਲ ਬਾਣੀ ਤੋਂ ਕੁਝ ਸਿੱਖਣ ਦਾ ਯਤਨ ਕਰਾਂਗੇ, ਸਤਿਗੁਰੂ ਰਹਿਮਤ ਕਰਨਗੇ, ਜੀਵਨ ਦੇ ਵਿੱਚ ਜ਼ਰੂਰ ਤਬਦੀਲੀ ਆਵੇਗੀ। ਸੋ ਗੁਰੂ